ਸਾਸ਼ੀ ਗਾਦੋਸੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਇਸ ਟਾਈਮ ਬਈ ਮੈਂ ਪਿੰਡ RAMME ਦੇ ਵਿੱਚ ਆ ਪਿੰਡ RAMME ਤੋਂ ਜਦੋਂ ਆਪਾਂ ਬਲਾਸਪੁਰ ਨੂੰ ਜਾਂਦੇ ਆ ਤਾਂ ਉਸ ਰਾਹ ਤੇ ਤੁਹਾਨੂੰ ਸੱਜੇ ਹੱਥ ਪਿੰਡੋਂ ਨਿਕਲਦੇ ਸਾਰ ਜੇ ਇੱਕ ਲੋਕੇਸ਼ਨ ਅਜ਼ਰ ਪਾਊਗੀ ਉਹਦਾ ਨਾਂ ਹੈਗਾ ਦਾ ਗਰੀਟਿੰਗ ਪ੍ਰੀ-ਵੇਡਿੰਗ ਲੋਕੇਸ਼ਨ ਪ੍ਰੀ-ਵੇਡਿੰਗ ਲੋਕੇਸ਼ਨ ਦਾ ਮਤਲਬ ਇਹ ਨਹੀਂਗਾ ਬਈ ਥੋੜਾ ਜਿਹਾ ਥਾਂ ਹੋਊਗਾ ਓਨੇ-ਓਨੇ ਚ ਛੂਟ ਕਰਨਾ ਹੋਊਗਾ ਬਹੁਤ ਜਿਆਦਾ ਵੱਡੀ ਲੋਕੇਸ਼ਨ ਜੇ ਗੱਲ ਕਰੀਏ ਤਾਂ ਸਭ ਤੋਂ ਵੱਡੀ ਲੋਕੇਸ਼ਨ ਆ ਮੰਨ ਕੇ ਚਲੋ ਆਪਣੇ ਏਰੀਏ ਦੀ ਹੈ ਨਾ ਮੋਗੇ ਜਾਂ ਲੁਧਿਆਣਾ ਏਰੀਏ ਦੀ ਕਹਿ ਸਕਦੇ ਆ ਹੋ ਸਕਦਾ ਹੋਰ ਵੀ ਬਹੁਤ ਵohn ਪਰ ਰੇਟ ਪੱਖੋਂ ਵੀ ਇਹ ਸਭ ਤੋਂ ਵੱਡੀ ਹੈ ਕਿਉਂਕਿ ਰੇਟ ਇਹਦਾ ਇੰਨਾ ਕੁ ਵਾਜਬ ਆ ਵੀ ਇੰਨੀਆਂ ਸਹੂਲਤਾਂ ਤੁਹਾਨੂੰ ਇਹ ਰੇਟ ਦੇ ਵਿੱਚ ਕਿਤੋਂ ਵੀ ਨਹੀਂ ਮਿਲਣੀਆਂ ਮੈਂ ਤੁਹਾਨੂੰ ਲੋਕੇਸ਼ਨ ਦੱਸਤੀ ਆ ਪਹਿਲਾਂ ਤਾਂ ਆ ਚੈੱਕ ਕਰੋ ਯਾਰ ਇੰਨਾ ਸੋਹਣਾ ਘਰ ਕਿਤੇ ਵੀ ਨਹੀਂ ਹੋਣਾ ਇਹ ਪੁਰਾਣੇ ਘਰ ਕਿਸੇ ਦੇ ਸਾਹਮਣੇ ਹੀ ਪਏ ਹੋਏ ਚਲੋ ਇਹ ਤਾਂ ਮੰਨ ਕੇ ਚਲੋ ਬਣਾਇਆ ਗਿਆ ਬਾਅਦੋਂ ਪਰ ਬਹੁਤ ਸੋਹਣਾ ਬਣਿਆ ਹੋਇਆ ਯਾਰ ਚੈੱਕ ਕਰੋ ਕਲੀ-ਕਲੀ ਚੀਜ਼ ਕਿਸੇ ਵੀ ਤਰ੍ਹਾਂ ਤੁਸੀਂ ਇੱਥੇ ਸ਼ੂਟ ਕਰਨਾ ਚਾਹੇ ਤੁਸੀਂ ਕੋਈ ਪ੍ਰੀ-ਵੇਡਿੰਗ ਸ਼ੂਟ ਕਰਨਾ ਚਾਹੇ ਕਿਸੇ ਗਾਣੇ ਦਾ ਸ਼ੂਟ ਕਰਨਾ ਚਾਹੇ ਕਿਸੇ ਫਿਲਮ ਦਾ ਸੀਨ ਲੈਣਾ ਕਿਸੇ ਵੀ ਤਰ੍ਹਾਂ ਦਾ ਲੈਣਾ ਤੁਸੀਂ ਇੱਥੋਂ ਆਗੇ ਕਰ ਸਕਦੇ ਹੋ ਆ ਦੇਖੋ ਇਧਰਲੇ ਪਾਸੇ ਮੰਜਾ ਪਿਆ ਹਰੇਕ ਚੀਜ਼ ਤੁਹਾਨੂੰ ਫੁੱਲ ਬਟਾ ਫੁੱਲ ਮਿਲੂਗੀ ਹਰੇਕ ਚੀਜ਼ ਦੀ ਤੁਹਾਨੂੰ ਇੱਥੇ ਸਹੂਲਤ ਮਿਲਣੀ ਆ ਮੰਜੇ ਤੇ ਬਹਿ ਕੇ ਪੈ ਕੇ ਜਿਵੇਂ ਮਰਜ਼ੀ ਸ਼ੂਟ ਕਰੋ ਇਧਰਲੇ ਪਾਸੇ ਹੁੱਕਾ ਪੀਣ ਵਾਲਾ ਸਿਸਟ ਆ ਦੇਖੋ ਇਧਰਲੇ ਪਾਸੇ ਅੰਦਰ ਆ ਸਕਦੇ ਹੋ ਪਿੱਤਲ ਦੇ ਭਾਂਡੇ ਮਿਲਣਗੇ ਤੁਹਾਨੂੰ ਸਲਫਾ ਮਿਲਣਗੇ ਜਾਂ ਲਾਲਟਾਣਾ ਮਿਲਣਗੇ ਜਾਂ ਹਰੇਕ ਚੀਜ਼ ਮਿਲੂਗੀ ਉਵੇਂ ਆ ਦੇਖੋ ਕੰਧ ਲਿਪੀ ਹੋਈ ਹੈ ਨਾ ਮਿੱਟੀ ਨਾਲ ਉਵੇਂ ਹੀ ਮਿਲੂਗੀ ਤੁਹਾਨੂੰ ਨਾ ਉੱਤੇ ਦੇ ਨਾ ਉਵੇਂ ਹੀ ਛੱਤ ਤੁਹਾਨੂੰ ਮਿਲੂਗੀ ਇਧਰਲੇ ਪਾਸੇ ਲੈ ਚਲੀਏ ਆ ਜਾਓ ਭਈ ਬਾਹਰ ਹੀ ਚੱਲਾਂ ਆ ਜਾ ਬਾਹਰੋਂ ਤੁਹਾਨੂੰ ਫਰੰਟ ਦਿਖਾਉਣੇ ਆ ਤੇ ਇਧਰਲੇ ਪਾਸੇ ਦੇ ਕੋਆ ਚਰਖਾ ਪਿਆ ਵਾ ਚਰਖਾ ਤੁਹਾਨੂੰ ਉਵੇਂ ਹੀ ਮਿਲੂਗਾ ਖੁੰਡੇ ਖਾਂਡੇ ਜਿਵੇਂ ਮਰਜ਼ੀ ਸ਼ੂਟ ਕਰਨਾ ਇਧਰਲੇ ਪਾਸੇ ਗਧੋਲੀ ਆ ਕੰਧੋਲੀ ਤੇ ਰੋਟੀਆਂ ਪਕਾਉਂਦੇ ਦਾ ਸ਼ੂਟ ਲੈਣਾ ਉਵੇਂ ਤੁਸੀਂ ਲੈ ਸਕਦੇ ਹੋ ਇਧਰਲੇ ਪਾਸੇ ਪ੍ਰਾਂਤਾਂ ਪਰੋਂ ਤਾਂ ਉਵੇਂ ਯਾਰ ਕੁੱਲ ਮਲਾ ਕੇ ਪੁਰਾਣਾ ਜ਼ਮਾਨਾ ਤੁਸੀਂ ਕਹਿ ਸਕਦੇ ਹੋ ਵਿੱਚ ਆ ਕੇ ਤੁਹਾਨੂੰ ਐ ਲੱਗੂਗਾ ਯਾਰ ਵੀ ਕਿਤੇ ਮੈਂ ਟਾਈਮ ਟਰੈਵਲ ਕਰਕੇ ਉਹਦੇ ਪਿਛਲੇ ਜ਼ਮਾਨੇ ਤਾਂ ਨਹੀਂ ਆ ਗਿਆ ਇੰਨਾ ਘੈਂਟ ਬਣਿਆ ਹੋਇਆ ਇੱਥੇ ਸ਼ੀਸ਼ਾ ਮੁੰਡੇ ਨੇ ਹਾਰ ਸ਼ਿੰਗਾਰ ਕਰਨਾ ਕਹਿ ਲਈ ਕਿ ਬਾਲ ਬੂਲ ਬੋਣੇ ਆ ਪੱਗ ਬੰਨਣੀ ਆ ਜਾਂ ਕਿਸੇ ਕੁੜੀ ਨੇ ਮੰਨ ਕੇ ਚਲੋ ਚੁੰਨੀ ਸੈਟ ਕਰਨੀ ਆ ਉਹਦੇ ਵਾਸਤੇ ਸ਼ੀਸ਼ਾ ਲੱਗਿਆ ਉਹ ਵੀ ਤੁਸੀਂ ਝੂਟ ਇੱਥੇ ਕਰ ਸਕਦੇ ਹੋ ਆਜੋ ਹੁਣ ਤੁਹਾਨੂੰ ਅੱਗੇ ਦਿਖਾਉਣੇ ਆ ਇਧਰਲੇ ਪਾਸੇ ਨਲਕਾ ਵਾ ਮਿੱਤਰੋ ਕੁੱਲ ਮਲਾ ਕੇ ਸਰਾਗਾ ਲਵਾਤਾ ਤੁਸੀਂ ਦਾ ਯਾਰ ਇਹ ਮੰਨੋ ਵੀ ਇਹ ਹਜੇ ਇਸ ਲੋਕੇਸ਼ਨ ਦਾ ਇੱਕ 파ਟ ਆ ਇਹ ਦੂ ਗਾਂ ਵਾਲੇ 파ਟ ਮੈਂ ਤੁਹਾਨੂੰ ਦਿਖਾਉਣਾ ਜਿੱਥੇ ਤੁਸੀਂ ਮਾਡਰਨ ਜਮਾਨੇ ਦੀ ਸ਼ੂਟਿੰਗ ਕਰ ਸਕਦੇ ਹੋ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਇਹ ਕਿਰਾਂ ਪੁਰਾਣੇ ਜਮਾਨੇ 'ਚ ਕਿਸੇ ਨੇ ਕਈ ਵਾਰ ਆਪਾਂ ਨੂੰ ਪਸੰਦ ਹੁੰਦਾ ਨੇ ਯਾਰ ਵੀ ਆ ਗਾਣਾ ਐਦਾਂ ਵਾ ਇਹ ਗਾਣੇ ਦੇ ਲਿਰਿਕਸ ਐਦਾਂ ਵਾ ਤੇ ਆਪਾਂ ਨੂੰ ਕਿਸੇ ਪੁਰਾਣੇ ਜਮਾਨੇ 'ਚ ਸ਼ੂਟ ਕਰਨਾ ਉਹ ਤੁਹਾਨੂੰ ਦਿਖਾ ਰਿਹਾ ਵੀ ਇਹ ਤੁਸੀਂ ਕਿਵੇਂ ਸ਼ੂਟ ਕਰ ਸਕਦੇ ਹੋ ਇਧਰਲੇ ਪਾਸੇ ਟੋਕਾ ਵਾ ਪੱਠੇ ਗੁਤਨ ਦਾ ਸੀਨ ਲੈਣਾ ਇੱਥੇ ਲੈ ਸਕਦੇ ਹੋ ਹੁਣ ਮੈਂ ਦਾ ਸਹੂਦ ਦਾ ਕਿਨਾਰੇ ਆ ਵੀ ਇਹ ਕਿਵੇਂ ਆ ਬਾਕੀ ਸਾਰੀ ਤੁਹਾਨੂੰ ਮੈਂ ਦੱਸੂਗਾ ਆਇਦਰਲੇ ਪਾਸੇ ਇਧਰੋਂ ਵੀ ਘਰ ਦਾ ਫਰੰਟ ਮਾਨ ਦਾ ਇਹ ਵੀ ਸਰਾਣਾ ਇਧਰਲੇ ਪਾਸੇ ਕੰਧੋਲੀ ਆਡਾ ਇਧਰਲੇ ਪਾਸੇ ਆ ਜਾਓ ਬਾਈ ਮੰਨ ਕੇ ਚੱਲ ਯਾਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਨਾ ਚਲੋ ਆਪਾਂ ਕਿਹੜਾ ਬਾਲੇ ਵੀ ਕੈਮਰਾਮੈਨ ਐਡੇ ਤਕੜੇ ਆ ਇਹ ਤਾਂ ਹੁਣ ਚਲੋ ਡਾਇਰੈਕਟਰ ਮੰਨ ਕੇ ਚਲੋ ਕਿਸੇ ਕੈਮਰਾਮੈਨ ਨੂੰ ਹੀ ਪਤਾ ਹੁੰਦਾ ਬਈ ਇਧਰਲੇ ਪਾਸੇ ਤੁਸੀਂ ਇੱਕ ਘਰ ਦਾ ਸੀਟ ਮੰਨ ਕੇ ਚਲੋ ਸ਼ੂਟ ਕਰ ਸਕਦੇ ਹੋ ਇਹ ਅਲੱਗ ਘਰ ਆ ਉਧਰਲੇ ਪਾਸੇ ਅਲੱਗ ਘਰ ਆ ਕੰਧੋਲੀਆਂ ਦੋਨਾਂ ਦੀਆਂ ਅਲੱਗ ਆ ਦਿਖਾ ਦੇਣੀ ਬਾਈ ਮਾਰ ਕੇ ਕੈਮਰਾ ਇਹ ਉਧਰਲੇ ਪਾਸੇ ਉਹਨੂੰ ਤੁਸੀਂ ਅਲੱਗ ਘਰਬਾਰਤ ਸਕਦੇ ਹੋ ਵੀ ਕੁੱਲ ਮਿਲਾ ਕੇ ਬਹੁਤ ਸੋਹਣੀ ਚੀਜ਼ ਬਣੀ ਹੋਈ ਆ। ਇਧਰਲੇ ਪਾਸੇ ਪਾਣੀ ਪੂਣੀ ਕੱਢਾਂ ਦਾ ਸ਼ੂਟ ਕਰਨਾ ਉਹ ਵੀ ਤੁਸੀਂ ਕਰ ਸਕਦੇ ਹੋ। ਇਹ ਵੀ ਘੈਂਟ ਆ। ਇਧਰਲੇ ਪਾਸੇ ਇੱਕ ਹੋਰ ਚੀਜ਼ ਆ। ਆਹ ਫਾਰਮ ਆ ਗਿਆ ਘੋੜਿਆਂ ਦਾ। ਉਧਰਲੇ ਪਾਸੇ ਘੋੜੇ ਘੋੜੀਆਂ ਬਾਈ ਹੋਰਾਂ ਦੇ ਕੋਲੇ ਖੜੀਆਂ ਹੋਈਆਂ। ਬਾਈ ਇਹ ਦੇਖੋ ਇਧਰਲੇ ਪਾਸੇ ਇਹ ਫਾਰਮ ਬਣਿਆ ਹੋਇਆ। ਤੁਸੀਂ ਘੋੜੇ ਵਗੈਰਾ ਦਾ ਸ਼ੂਟ ਕਰਨਾ ਤੇ ਇੱਥੇ ਬਾਈ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਘੋੜਾ ਵਗੈਰਾ ਉਧਰਲੇ ਪਾਸੇ ਥਾਂ ਬਾਧੂ ਆ ਉੱਥੇ ਤੁਸੀਂ ਘੋੜੇ ਦੇ ਨਾਲ ਕੋਈ ਗੱਲਬਾਤ ਸ਼ੂਟ ਕਰਨੀ ਕੋਈ ਗਾਣਾ ਸ਼ੂਟ ਕਰਨਾ ਫੇਰ ਆਜੋ ਇਧਰਲੇ ਪਾਸੇ ਆ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਚਿੱਠੀਆਂ ਪਾਉਣ ਵਾਲਾ ਟੰਗਿਆ ਹੋਇਆ ਆ ਆ ਦੇਖੋ ਆ ਮਾਰਕੀਟ ਬਣੀ ਹੋਈ ਆ ਇੱਥੇ ਤੁਸੀਂ ਆਪ ਦਾ ਸਮਾਨ ਲਿਆ ਕੇ ਟੰਗ ਸਕਦੇ ਹੋ ਜਾਂ ਬਾਈ ਹੋ ਰਹੀ ਤੁਹਾਨੂੰ ਪ੍ਰੋਵਾਈਡ ਕਰਵਾ ਦੇਣਗੇ ਜਿਵੇਂ ਆ ਪ੍ਰਾਂਦੀਆਂ ਬਰੁੰਦੀਆਂ ਟੰਗੀਆਂ ਜੀ ਪਈਆਂ ਛਤਰੀਆਂ ਸੁੱਤੀਆਂ ਵੀ ਟੰਗੀਆਂ ਪਈਆਂ ਇੱਥੇ ਤੁਸੀਂ ਆਪ ਦਾ ਜਿਵੇਂ ਕੋਈ ਸ਼ਾਪਿੰਗ ਕਰਨ ਦਾ ਸੀਨ ਲੈਣਾ ਜਿਵੇਂ ਕੁੜੀਆਂ ਕੁਝ ਖਰੀਦ ਰਹੀਆਂ ਉਹ ਤੁਸੀਂ ਸੀਨ ਸ਼ੂਟ ਕਰਦੇ ਜਾਂ ਮੁੰਡੇ ਕੁਝ ਖਰੀਦ ਰਹੇ ਆ ਉਸ ਹਿਸਾਬ ਦਾ ਸਮਾਨ ਤੁਸੀਂ ਇੱਥੇ ਬਣਾ ਸਕਦੇ ਹੋ ਨਾ ਫੇਰ ਇਧਰਲੇ ਪਾਸੇ ਖੂ ਹੂਰ ਆ ਇਧਰਲੇ ਪਾਸੇ ਅਲੱਗ ਘਰ ਹੋਰ ਬਣ ਸਕਦਾ ਇਧਰਲੇ ਭਈ ਤੁਸੀਂ ਇੱਕ ਮੰਨ ਕੇ ਚਲੋ ਇੱਕ ਟਾਈਮ ਤੇ ਤਿੰਨ ਘਰਾਂ ਦੀ ਸ਼ੂਟਿੰਗ ਤੁਸੀਂ ਇੱਥੇ ਕਰ ਸਕਦੇ ਆਂ ਆਜੋ ਹੁਣ ਹੁਣ ਇਹ ਤਾਂ ਆ ਗਿਆ ਇੱਕ ਸਿਸਟਮ ਆ ਗਿਆ ਆਪਣਾ ਭਈ ਪੁਰਾਣੇ ਘਰ ਵਾਲਾ ਵੀ ਪੁਰਾਣੇ ਜ਼ਮਾਨੇ ਵਾਲਾ ਚੀਜ਼ਾਂ ਆ ਗਈਆਂ ਫਿਰ ਹੁਣ ਮੈਂ ਤੁਹਾਨੂੰ ਉੱਥੇ ਲੈ ਕੇ ਚਾਲਦਾ ਜਿਹਨੂੰ ਦੇਖ ਕੇ ਤੁਸੀਂ ਹੈਰਾਨ ਵੀ ਹੋਵੋਗੇ ਤੇ ਤੁਹਾਨੂੰ ਐ ਵੀ ਲੱਗੂਗਾ ਯਾਰ ਕਮਾਲ ਆ ਬਹੁਤ ਸੋਹਣਾ ਟਰੈਕਟਰ ਤੁਹਾਨੂੰ ਮਿਲ ਜੂਗਾ ਟਰੈਕਟਰ ਖੜਾ ਵਾ ਜੀਪ ਤੁਹਾਨੂੰ ਮਿਲ ਜੂਗੀ ਜੀਪ ਮੈਂ ਤੁਹਾਨੂੰ ਦਿਖਾ ਦੂੰਗਾ ਉਹ ਬਾਈ ਹੋਰੀ ਜੀਪ 'ਲਈ ਫਿਰਦੇ ਸ਼ੂਟ ਕਰ ਰਹੇ ਆ ਉਹ ਆਹ ਟਰੈਕਟਰ ਇੱਥੇ ਖੜਾ ਵਾ ਇਹ ਤੁਹਾਨੂੰ ਇਧਰਲੇ ਪਾਸੇ ਦਿਖਾਉਣਾ ਆ ਇਧਰਲੇ ਪਾਸੇ ਜੇ ਛੰਨ ਦਾ ਸ਼ੂਟ ਕਰਨਾ ਵੀ ਛੰਨ ਤੇ ਬੈਠ ਕੇ ਜਿਵੇਂ ਆਪਾਂ ਆਮ ਹੀ ਫਿਲਮਾਂ ਗਾਣੇ ਦੇ ਵਿੱਚ ਦੇਖਦੇ ਆ ਉਹ ਛੰਨ ਬਣਾਈ ਹੋਈ ਆ ਇਹ ਛੰਨ ਤੇ ਤੁਸੀਂ ਬੈਠ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੰਨ ਕੇ ਚਲੋ ਚੀਜ਼ ਫਲਵਾ ਸਕਦੇ ਹੋ ਇਹ ਬਹੁਤ ਸੋਹਣੀ ਬਣੀ ਹੋਈ ਆ ਬਈ ਨਿਗ੍ਹਾ ਮਰਾਦੀ ਦੁਆਰਾ ਤੇ ਬਾਕੀ ਮਗਰੋਂ ਸੂਰਜ ਦੀ ਛੇੜ ਪੈ ਰਹੀ ਆ ਤੇ ਬਹੁਤ ਘੈਂਟ ਲੱਗੀ ਚੀ ਆਹ ਮਾਰਕੀਟ ਆ ਗਈ ਬਾਈ ਇਹ ਤੁਸੀਂ ਮਾਡਰਨ ਜ਼ਮਾਨੇ ਨਾਲ ਆਪਦੇ ਉਹਨੂੰ ਰੈਨੋਵੇਟ ਕਰ ਸਕਦੇ ਹੋ ਸੌਂਗ ਨੂੰ ਇਹ ਮਾਡਰਨ ਜ਼ਮਾਨਾ ਆ ਗਿਆ ਪੀਜਾ ਹਟਦਾ ਇਧਰਲੇ ਪਾਸੇ ਬ੍ਰਾਂਡਿੰਗ ਲੱਗੀ ਹੋਈ ਆ ਸਾਰੇ ਤਰ੍ਹਾਂ ਦਾ ਤੁਹਾਨੂੰ ਸਿਸਟਮ ਮਿਲ ਜੂਗਾ ਮੰਨ ਕੇ ਚਲੋ ਇੱਥੇ ਬੈਠ ਕੇ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸ਼ੂਟਿੰਗ ਕਰੋਗੇ ਤਾਂ ਕਮਾਲ ਹੀ ਕਮਾਲ ਆ ਹਨ ਫਿਰ ਇਧਰਲੇ ਪਾਸੇ ਆਜੋ ਆ ਦੇਖੋ ਕਿੰਨੀ ਘੈਂਟ ਬਣੀ ਹੋਈ ਆ ਆ ਟੈਲੀਫੋਨ ਟੈਲੀਫੋਨ ਵਾਲਾ ਜਿਗਾਰਡ ਬਣਿਆ ਹੋਇਆ ਇੱਥੇ ਠੜ ਕੇ ਤੁਸੀਂ ਟੈਲੀਫੋਨ ਵਗੈਰਾ ਦਾ ਸਿਸਟਮ ਕਰ ਸਕਦੇ ਹੋ ਉਹ ਵੀ ਘੈਂਟ ਆ ਫਿਰ ਆ ਬੈਠਣ ਵਾਲਾ ਸਿਸਟਮ ਆ ਗਿਆ ਇੱਥੇ ਬੈਠ ਸਕਦੇ ਹੋ ਕੁਝ ਵੀ ਆਪ ਦਾ ਫਿਲਮਾ ਸਕਦੇ ਹੋ ਕਿੱਦਾਂ ਦਾ ਵੀ ਹਨਾ ਜਿਵੇਂ ਯਾਰ ਤੁਸੀਂ ਆਪਦੇ ਦਿਮਾਗ ਦੇ ਵਿੱਚ ਜਿਵੇਂ ਤੁਹਾਡੇ ਚੱਲਦਾ ਹੁਣ ਸਾਰਾ ਪਤਾ ਤਾਂ ਅ ਡਾਇਰੈਕਟਰ ਐਕਟਰਾਂ ਨੂੰ ਹੀ ਹੁੰਦਾ ਵੀ ਕਿਵੇਂ ਕਰਨਾ ਕੀ ਕਰਨਾ ਬਾਈ ਉਹਨਾਂ ਨੇ ਤੁਹਾਨੂੰ ਇੱਕ ਵਾਰ ਲੋਕੇਸ਼ਨ ਦਿੱਤੀ ਹਰੇਕ ਚੀਜ਼ ਦੀ ਤੁਹਾਨੂੰ ਸਹੂਲਤ ਦਿੱਤੀ ਹੁਣ ਕਰਨਾ ਤੁਹਾਡੇ ਵਾਸਤੇ ਦੀ ਗੱਲ ਆ ਵੀ ਕਿਵੇਂ ਕੀ ਸਿਸਟਮ ਆ ਫੇਰ ਆ ਜਾਓ ਲੋ ਮਿੱਤਰੋ ਆ ਆ ਗਿਆ ਇੱਥੇ ਕੰਟੀਨ ਆ ਗਈ ਆ ਕੰਟੀਨ ਦਾ ਮੰਨ ਕੇ ਚਲੋ ਸਿਸਟਮ ਇਹ ਆ ਵੀ ਇੱਥੇ ਖਾਣ ਪੀਣ ਦੀ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਖਾਣ ਪੀਣ ਦਾ ਸਿਸਟਮ ਤੁਹਾਨੂੰ ਇੱਥੇ ਹੀ ਮਿਲ ਜਾਊਗਾ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਵੀ ਕਈ ਵਾਰ ਮੇਕਅਪ ਆਰਟਿਸਟ ਜਾਂ ਤੁਸੀਂ ਮੇਕਅਪ ਕਰਵਾ ਕੇ ਨਹੀਂ ਲਿਆਉਂਦੇ ਜਾਂ ਤੁਹਾਡੇ ਮੇਕਅਪ ਆਰਟਿਸਟ ਨਹੀਂ ਆਉਂਦੇ ਤਾਂ ਬਾਈ ਹੋਰਾਂ ਦੇ ਇੱਥੇ ਪਰਸਨਲ ਹੈਗੇ ਆ ਮੰਨ ਕੇ ਚੱਲੋ ਜਿਹੜੇ ਤੁਹਾਨੂੰ ਦੇਣਗੇ ਸੁਵਿਧਾਵਾਂ ਮੇਕਅਪ ਦੀਆਂ ਨਾ ਮੇਕਅਪ ਬਾਈ ਹੋਰਾਂ ਦੇ ਕੋਲੇ ਹੈਗੇ ਵੀ ਰੱਖੇ ਹੋਏ ਆ ਵੀ ਮੇਕਅਪ ਤੁਹਾਡਾ ਇੱਥੇ ਆ ਕੇ ਹੋ ਜਾਊਗਾ ਮੇਕਅਪ ਦੀ ਸਹੂਲਤ ਤੁਹਾਨੂੰ ਇੱਥੇ ਹੀ ਮਿਲ ਜਾਊਗੀ ਸਾਰਾ ਕੁਝ ਬਿਊਟੀ ਪਾਰਲਰ ਵਗੈਰਾ ਤਾਂ ਤੁਹਾਨੂੰ ਇੱਥੇ ਹੀ ਸਿਸਟਮ ਮਿਲ ਜਾਊਗਾ ਆ ਇਧਰਲੇ ਪਾਸੇ ਰਸੋਈ ਬਣਾਈ ਹੋਈ ਆ ਰਸੋਈ ਦਾ ਸ਼ੂਟ ਕਰਨਾ ਰਸੋਈ ਆ ਗਈ ਕਿਤਾਬਾਂ ਕਤੂਬਾਂ ਦੇ ਨਾਲ ਕੋਈ ਬੈਕਗ੍ਰਾਉਂਡ ਚ ਫੋਟੋ ਲੈਣੀ ਆ ਆ ਗਈ ਇਧਰਲੇ ਪਾਸੇ ਕਿਸੇ ਵੀ ਤਰ੍ਹਾਂ ਦੀ ਕੋਈ ਫੋਟੋ ਸ਼ੂਟ ਕਰਨਾ ਕੋਈ ਕਿਸੇ ਵੀ ਤਰ੍ਹਾਂ ਪੋਸਟਰ ਵਗੈਰਾ ਵਾਸਤੇ ਕਰਨਾ ਉਹ ਆ ਗਈ ਆ ਇਧਰਲੇ ਪਾਸੇ ਇਹ ਵੀ ਫੋਟੋ ਸ਼ੂਟ ਵਾਸਤੇ ਆ ਮਗਰੋਂ ਬਲਬ ਜਗਣਾ ਕਿ ਬੀ ਸੋਹਣੀ ਬਣੂ ਤੇ ਆ ਬਾਹਰ ਆ ਗਈ ਇਹ ਬਾਹਰ ਦਾ ਸ਼ੂਟ ਲੈਣਾ ਬਾਹਰ ਲੈ ਸਕਦੇ ਹਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਦਿਖਾਉਂ ਜਿਹੜਾ ਬਾਈ ਹੋਣਾ ਨਵੀਂ ਚੀਜ਼ ਕੀਤੀ ਆ ਪਹਿਲਾਂ ਤੁਸੀਂ ਆਹ ਦੇਖੋ ਸ਼ੀਸ਼ਾ ਇਹਦਾ ਬੈਕਗ੍ਰਾਉਂਡ ਤੁਸੀਂ ਆਪ ਹਿਸਾਬ ਨਾਲ ਲਾ ਲਓ ਵੀ ਕਿੰਨਾ ਫੁੱਲਾਂ ਦਾ ਬੈਕਗ੍ਰਾਉਂਡ ਇਧਰਲੇ ਪਾਸੇ ਸ਼ੀਸ਼ਾ ਲੱਗਿਆ ਹੋਇਆ ਵਾ ਇਹ ਇਹ ਵੀ ਤੁਸੀਂ ਆਪਦੇ ਗਾਣੇ ਦੇ ਵਿੱਚ ਫਿਲਮਾ ਸਕਦੇ ਹੋ ਤੇ ਆਹ ਦੇਖੋ ਇਧਰਲੇ ਪਾਸੇ ਕੋਈ ਇੰਡੋਰ ਸ਼ੂਟ ਕਰਨਾ ਕੋਈ ਬੈੱਡ ਤੇ ਬੈਠਾ ਦਾ ਸ਼ਾਰਟ ਲੈਣਾ ਉਹ ਆ ਗਿਆ ਆ ਝੂਮਰ ਤੁਸੀਂ ਦੇਖੋ ਕਿੰਨਾ ਸੋਹਣਾ ਇਧਰਲੇ ਪਾਸੇ ਬੈੱਡ ਦੇਖੋ ਕਿੰਨਾ ਸੋਹਣਾ ਲੈਂਪ ਲੱਗੇ ਹੋਏ ਆ ਇੱਥੇ ਬੈਠ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੂਟ ਕਰਨਾ ਕੋਈ ਗਾਣਾ ਛੂਟ ਕਰਨਾ ਕਿ ਜਿਵੇਂ ਆਪਾਂ ਦੇਖਦੇ ਨਾ ਕਿਸੇ ਗਾਣੇ ਦੇ ਵਿੱਚ ਜਿਵੇਂ ਬੈਠ ਕੇ ਲਿਪਸਿੰਗ ਕਰ ਰਿਹਾ ਬੰਦਾ ਜਾਂ ਨਾ ਕੋਈ ਕੁੜੀ ਲਿਪਸਿੰਗ ਕਰ ਰਹੀ ਹੈ ਬੈਠ ਕੇ ਤਾਂ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਅ ਇੱਥੇ ਤੁਸੀਂ ਆਪਦੇ ਗਾਣੇ ਨੂੰ ਮੰਨ ਕੇ ਚੱਲੋ ਸਿੰਕ ਕਰ ਸਕਦੇ ਹੋ ਗਾਣੇ ਨੂੰ ਬਣਾ ਸਕਦੇ ਹਾਂ ਮੰਨ ਕੇ ਚੱਲੋ ਇੰਡੋਰ ਗਾਣਾ ਸ਼ੂਟ ਕਰਨਾ ਇੱਥੇ ਹੋ ਜਾਂਦਾ ਬਾਕੀ ਇਹ ਬਹੁਤ ਸੋਹਣਾ ਰੂਮ ਹੈ ਇਧਰਲੇ ਪਾਸੇ ਸੋਫਾ ਵੀ ਲੱਗਿਆ ਹੋਇਆ ਐਨ ਤੁਹਾਨੂੰ ਮਹਾਰਾਜ ਵਾਲੀ ਫੀਲਿੰਗ ਦੇਵਾਊਗਾ ਆਜੋ ਜੀ ਲਓ ਜੀ ਬਹੁਤ ਕਮਾਲ ਹੈ ਪਾਰਕ ਵਗੈਰਾ ਬਣਿਆ ਹੋਇਆ ਸਾਰਾ ਸਾਨੂੰ ਸਹੂਲਤ ਇੱਥੇ ਮਿਲ ਹੀ ਜਾਣੀ ਐ ਇਧਰਲੇ ਪਾਸੇ ਝੂਲਾ ਵਗੈਰਾ ਲੱਗਿਆ ਹੋਇਆ ਮੰਨ ਕੇ ਚੱਲੋ ਕੋਈ ਚੀਜ਼ ਵੀਡੀਓ ਦੇ ਵਿੱਚ ਬੋਲਣ ਨੂੰ ਰਹਿ ਸਕਦੀ ਆ ਪਰ ਇੱਥੇ ਤੁਹਾਨੂੰ ਸਹੂਲਤ ਹਰੇਕ ਮਿਲੂਗੀ ਹੋ ਸਕਦਾ ਕੋਈ ਗਲਤੀ ਗਲਤੀ ਨਾਲ ਕੋਈ ਚੀਜ਼ ਰਹਿ ਜੇ ਦੱਸਣ ਵਾਲਿਓ ਉਹ ਹੋ ਸਕਦਾ ਪਰ ਤੁਹਾਨੂੰ ਇਹ ਨਹੀਂਗਾ ਵੀ ਤੁਹਾਨੂੰ ਇੱਥੇ ਕਿਸੇ ਚੀਜ਼ ਦੀ ਕੋਈ ਕੱਚ ਲੱਗੂਗੀ ਹਰੇਕ ਚੀਜ਼ ਤੁਹਾਨੂੰ ਇੱਥੇ ਮਿਲਣੀ ਆ ਤੇ ਮਿਲੂਗੀ ਵੀ ਪੂਰੀ ਮੰਨ ਕੇ ਚਲੋ ਵਧੀਆ ਤਰੀਕੇ ਦੇ ਨਾਲ ਹਰੇਕ ਚੀਜ਼ ਤੁਹਾਨੂੰ ਆਏ ਫੀਲ ਕਰਾਊਗੀ ਵੀ ਹਾਂ ਯਾਰ ਲਗਜ਼ਰੀ ਆ ਇਧਰਲੇ ਪਾਸੇ ਜਿਹੜੀ ਚੀਜ਼ ਹੈਗੀ ਉਹ ਮੈਂ ਤੁਹਾਨੂੰ ਦੱਸ ਦਿੰਨਾ ਆ ਇਧਰਲੇ ਪਾਸੇ ਦੇਖੋ ਉਹ ਪਹਾੜ ਬਣਿਆ ਹੋਇਆ ਪਹਾੜ ਤੋਂ ਪਾਣੀ ਡਿੱਗਦਾ ਝਰਨਾ ਦਿਖਾਉਣਾ ਹੋਵੇ ਇਧਰਲੇ ਪਾਸੇ ਪੌਲ ਬਣਿਆ ਹੋਇਆ ਹਰੇਕ ਚੀਜ਼ ਦੀ ਤੁਹਾਨੂੰ ਇੱਥੇ ਸੁਵਿਧਾ ਮਿਲ ਜਾਣੀ ਹੈ ਇਹ ਚੀਜ਼ ਘੈਂਟ ਆ ਬਾਈ ਤੇ ਬਾਕੀ ਰੇਟ ਬਿਲਕੁਲ ਵਾਜਬ ਆ ਜਿਵੇਂ ਮਰਜ਼ੀ ਤੁਸੀਂ ਆਪਦਾ ਰੇਟ ਨਾਲ ਬਾਈ ਹੋਣਾ ਐਡਜਸਟ ਕਰ ਲਿਓ ਆਮ ਜਿੰਨੀਆ ਲੋਕੇਸ਼ਨ ਆ ਉਸ ਹੋਂ ਰੇਟ ਬਹੁਤ ਜ਼ਿਆਦਾ ਵਾਜਬ ਆ ਹਾਂ ਬਾਕੀ ਘੈਂਟ ਆ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕੰਟੇਨ ਦੀ ਹੈਗੀ ਇਹ ਕੰਟੇਨ ਦੀ ਸੁਵਿਧਾ ਇੱਥੇ ਆ ਰੇਟ ਦੀ ਸੁਵਿਧਾ ਵੀ ਤੁਹਾਨੂੰ ਬਹੁਤ ਜਾਇਜ਼ ਰੇਟ ਮਿਲ ਜਣਾ ਤੇ ਇੱਕ ਚੀਜ਼ ਹੋਰ ਆ ਵੀ ਤੁਹਾਨੂੰ ਬਿਊਟੀ ਪਾਰਲਰ ਮੰਨ ਕੇ ਚਲੋ ਮੰਨ ਕੇ ਚਲੋ ਮੇਕਅਪ ਵਗੈਰਾ ਇੱਥੇ ਤੁਹਾਡਾ ਸਾਰਾ ਹੋ ਜਾਊਗਾ ਸਿਸਟਮ ਸੋ ਸ਼ੇਅਰ ਕਰ ਦਿਓ ਉੱਤੇ ਕੰਟੈਕਟ ਨੰਬਰ ਪਾਈ ਹੋਰਾਂ ਦੇ ਚੱਲੀ ਜਾਂਦਾ ਗ੍ਰੀਟਿੰਗ ਪ੍ਰੀ-ਵੇਡਿੰਗ ਲੋਕੇਸ਼ਨ ਪਿੰਡ ਰਾਮਾ ਰਾਮੇ ਤੋਂ ਬਲਾਸਪੁਰ ਰੋਡ ਤੇ ਆ ਆ ਰਾਮੇ ਪਿੰਡ ਚੋਂ ਨਿਕਲਨ ਸਾਰ ਹੀ ਤੁਹਾਨੂੰ ਇਹ ਲੋਕੇਸ਼ਨ ਸੱਜੇ ਹੱਥ ਤੁਹਾਨੂੰ ਖੇਤਾਂ ਦੇ ਵਿੱਚ ਪਤਾ ਲੱਗ ਜੂਗੀ ਸ਼ੇਅਰ ਕਰਿਓ ਧੰਨਵਾਦ